ਅਫਗਾਨਿਸਤਾਨ ਤੋਂ ਪੋਲੀਓ ਵਾਇਰਸ ਦੀ ਲਾਹੌਰ ਮੁੰਤਕਲੀ ਆਊਟਫਾਲ ਰੋਡ ਤੇ ਮਾਹੌਲੀਆਤੀ ਨਮੂਨੇ 'ਚ ਪੋਲੀਓ ਵਾਇਰਸ ਮਸਬਤ ਆਉਣ ਤੇ ਡੀਸੀ ਲਾਹੌਰ ਕੈਪਟਨ ਰਿਟਾਇਰਡ ਅਨਵਰ ਉਲ ਹੱਕ ਸ਼ਹਿਰ 'ਚ ਖਤਰੇ ਦੀ ਘੰਟੀ ਵਜਾਰਤੀ ਲਾਹੌਰ 'ਚ ਇਸ ਦੇ ਪੋਲੀਓ ਮੁਹਿੰਮ ਤੇਜ਼ ਕਰ ਦਿੱਤੀ ਗਈ। ਲਾਹੌਰ ਦੀ ਆਊਟਫਾਲ ਡਰੇਨ ਤੋਂ ਮੁਸਲਸਲ ਤੀਜੀ ਵਾਰੀ ਪੋਲੀਓ ਵਾਇਰਸ ਦੀ ਮੌਜੂਦਗੀ ਦੇ ਇਨਕਸ਼ਾਫ ਖਤਰੇ ਦੀ ਘੰਟੀ ਵਜਾਰੀ ਸੀ। ਡੀਸੀ ਲਾਹੌਰ ਕੈਪਟਨ ਰਿਟਾਇਰਡ ਅਨਵਾਰ ਉਲ ਹੱਕ ਵਸੇਫ ਟੀਵੀ ਨਾਲ ਖੁਸੂਸੀ ਗੱਲ ਮੁਹਾਰਜ ਇਨਕਸ਼ਾਫ ਕੀਤਾ ਜੋ ਕਈ ਵਾਰੀ ਇਨਸਦਾ ਦੇ ਪੋਲੀਓ ਮੁਹਿੰਮ ਚਲਾਉਣ ਦੇ ਬਾਵਜੂਦ ਲਾਹੌਰ ਵਿੱਚ ਪੋਲੀਓ ਵਾਇਰਸ ਅਫਗਾਨਿਸਤਾਨ ਤੋਂ ਹਮਲਾਵਰ ਥਿਆ ਹੈ। ਹਮਾਰੇ ਯਹਾਂ ਇੱਕ ਮਾਈਗ੍ਰੇਸ਼ਨ ਹੋਤੀ ਰਹਤੀ ਹੈ, ਲੋਕ ਡਿਫਰੈਂਟ ਘੁੰਮਣੇ ਕੇ ਲਈ ਵੀ ਲਾਹੌਰ ਮੇਂ ਆਤੇ ਹੈ ਬੀਚ ਮੇਂ। ਇਸਕਾ ਹਮ ਓਰੀਜਨ ਚੈੱਕ ਕਰ ਰਹੇ ਥੇ ਤੋ ਓਰੀਜਨ ਤੋ ਹੈ ਅਫਗਾਨਿਸਤਾਨ ਸਾਈਡ ਸੇ ਹਮੇਂ ਮਿਲ ਰਹਾ ਹੈ, ਜਦੋਂ ਸੇ ਕੁਛ ਕੁਛ ਲੋਕ ਹਮਾਰੇ ਪਾਸ ਆਏ ਸੇ ਬਿਠਾ ਰਹੇ ਔਰ ਡੈਫੀਨੇਟਲੀ ਇਸਕਾ ਇੱਕ ਇੱਕ ਤੋਂ ਬੜਾ ਇੱਕ ਇਨਵਾਇਰਮੈਂਟਲ ਸੈਂਪਲ ਕਾ ਪੋਜ਼ਿਟਿਵ ਆ ਜਾਣਾ ਇਸ ਬਾਤ ਕੀ ਇੰਡੀਕੇਸ਼ਨ ਹੈ ਕਿ ਹਮ ਲੋਗ ਖਤਰੇ ਮੇਂ ਹੈ। ਡੀਸੀ ਲਾਹੌਰ ਦਾ ਇਹ ਵੀ ਆਖਣਾ ਜੋ ਪੋਲੀਓ ਵਾਇਰਸ ਦੀ ਤਸਦੀਕ ਦੇ ਬਾਅਦ ਸ਼ਹਿਰ ਦੀ 274 ਯੂਨੀਅਨ ਕੌਂਸਲਸ ਵਿੱਚ ਇਨਸਦਾ ਦੇ ਪੋਲੀਓ ਮੁਹਿੰਮ ਨੂੰ ਮਜ਼ੀਦ ਤੇਜ਼ ਕਰ ਦਿੱਤਾ ਗਿਆ। ਕੰਪਲੀਟ ਜੋ ਟਾਰਗੇਟ ਹੈ ਪੂਰੇ ਲਾਹੌਰ ਕਾ ਪੂਰੇ ਜੋ ਪੂਰੀ ਕੰਪੇਨ ਕੇ ਲੀਏ ਉਹ ਤਕਰੀਬਨ ਹੈ ਜੋ ਹੈ ਨਾ 17 ਲੱਖ ਬੱਚੇ ਹਮਾਰੇ ਹੈ। ਦੂਜੇ ਪਾਸੋਂ ਆਊਟਫਾਲ ਡਰੇਨ ਤੋਂ ਮੁਸਲਸਲ ਤੀਜੀ ਵਾਰੀ ਪੋਲੀਓ ਵਾਇਰਸ ਦੇ ਨਮੂਨਿਆਂ ਦਾ ਮਸਬਤ ਆਵਣ ਇਨਸਦਾ ਦੇ ਪੋਲੀਓ ਮੁਹਿੰਮ ਤੇ ਮਾਮੂਰ ਟੀਮਾਂ ਦੀ ਕਾਰਗਰਦਗੀ ਤੇ ਸਵਾਲੀਆ ਨਿਸ਼ਾਨ ਹੈ।